ਕੱਟਿਆ ਹੋਇਆ ਆਲੂ ਥੋੜ੍ਹੇ ਦੇਰ ਵਿੱਚ ਆਕਸੀਕਰਨ ਕਾਰਨ ਪੂਰਾ ਹੋ ਜਾਂਦਾ ਹੈ। ਇਸ ਤਜ਼ਰਬੇ ਰਾਹੀਂ ਪਰਖਣ ਲਈ ਤੁਹਾਨੂੰ ਇੱਕ ਕੱਚਾ ਆਲੂ, ਇੱਕ ਨਿੰਬੂ ਅਤੇ ਇੱਕ ਛੁਰੀ ਅਤੇ ਥੋੜ੍ਹੀ ਟੇਪ ਦੀ ਜ਼ਰੂਰਤ ਪਵੇਗੀ। ਕੱਚੇ ਆਲੂ ਨੂੰ ਦੋ ਟੁਕੜਿਆਂ ਵਿੱਚ ਕੱਟ ਲਓ। ਤਜਰਬੇ ਲਈ ਇੱਕ ਅੱਧ ਉੱਪਰ ਨਿੰਬੂ ਦੇ ਰਸ ਦਾ ਲੇਪ ਕਰ ਦਿਓ। ਜਿਸ ਆਲੂ ਉੱਪਰ ਨਿੰਬੂ ਲੱਗਾ ਹੈ ਉਸ ਨੂੰ ਨੀਲੀ ਟੇਪ ਨਾਲ ਲਪੇਟ ਦਿਓ। ਦੂਸਰੇ ਅੱਧੇ ਨੂੰ ਖੁੱਲ੍ਹੇ ਵਾਤਾਵਰਣ ਵਿੱਚ ਰੱਖ ਦਿਓ। ਕੁਝ ਘੰਟਿਆਂ ਲਈ ਇੰਤਜ਼ਾਰ ਕਰੋ। ਤੁਹਾਡੇ ਅਚੰਭੇ ਨੂੰ ਨਿੰਬੂ ਦਾ ਰਸ ਵਾਲਾ ਆਲੂ ਪਹਿਲਾਂ ਵਾਂਗ ਸਫੇਦ ਹੈ ਅਤੇ ਦੂਸਰਾ ਅੱਧਾ ਆਕਸੀਕਰਨ ਕਾਰਨ ਭੂਰਾ ਹੋ ਜਾਂਦਾ ਹੈ।